ਸਤਿਗੁਰ ਜੀ ਮੈਂ ਪੂਰੇ ਦੁਨੀਆ ਦੇ ਗੁਰਸਿੱਖ ਸੰਗਤਾਂ ਨੂੰ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550ਵੇਂ ਪ੍ਰਕਾਸ਼ ਗੁਰਪੁਰਬ ਦੀ ਅਤੇ ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲ੍ਹਣ ਦੀ ਲੱਖ ਲੱਖ ਅਤੇ ਕਰੋੜਾਂ ਵਾਰ ਵਧਾਈ ਦਿੰਦਾ ਹਾਂ। ਦਾਸ ਦਾ ਨਾਮ ਸਰਦਾਰ ਗੋਬਿੰਦ ਸਿੰਘ ਹੈ ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਇਸ ਪੁੱਤਰ ਨੂੰ ਆਪਣੇ ਨਾਚੀਜ਼ ਨੂੰ ਪਿਛਲੇ ਤਕਰੀਬਨ 19 ਸਾਲ ਤੋਂ ਆਪਣੇ ਪੁੱਤਰ ਅਸਥਾਨ ਦੀ ਬਤੌਰੇ ਗ੍ਰੰਥੀ ਸੇਵਾ ਦਿੱਤੀ ਹੋਈ ਹੈ ਅਤੇ ਮੈਂ ਪੂਰੀ ਦੁਨੀਆ ਦੇ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ, ਉਹਨਾਂ ਨੂੰ ਇਨਵਾਈਟ ਕਰਦਾ ਹਾਂ ਕਿ ਜੋ ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲ੍ਹਿਆ ਹੈ, ਜੋ ਕਿ ਗੌਰਮੈਂਟ ਆਫ ਪਾਕਿਸਤਾਨ ਵੱਲੋਂ ਸੰਗਤਾਂ ਨੂੰ ਬਹੁਤ ਵੱਡਾ ਇੱਕ ਗਿਫਟ ਹੈ, ਉਹ ਆ ਕੇ ਹੁੰਮ ਹਵਾ ਕੇ ਆ ਕੇ ਆਪਣੇ ਪਿਤਾ ਜੀ ਦੇ ਦਰ ਦੇ ਦਰਸ਼ਨ ਕਰਨ। ਹੁਣ ਸੰਗਤਾਂ ਵਾਸਤੇ ਹਰ ਚੀਜ਼ ਤਿਆਰ ਹੈ ਔਰ ਪਾਕਿਸਤਾਨ ਦੀ ਸਰਕਾਰ, ਪਾਕਿਸਤਾਨ ਦੇ ਅਦਾਰੇ, ਪਾਕਿਸਤਾਨ ਦੀ ਪਬਲਿਕ ਬਮੈਕ ਗ੍ਰੰਥੀ ਦੇ ਸਿਰ ਝੁਕਾ ਕੇ ਤੁਹਾਡਾ ਇੰਤਜ਼ਾਰ ਕਰ ਰਹੀ ਹੈ, ਤੁਹਾਡੀ ਸੇਵਾ ਕਰਨ ਵਾਸਤੇ ਤਿਆਰ ਹੋਤੀ ਹੈ ਅਤੇ ਤੁਸੀਂ ਆ ਕੇ ਦਰਸ਼ਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੀ ਸੰਗਤ ਜੀ, ਅਸੀਂ ਪਹੁੰਚ ਗਏ ਦਰਬਾਰ ਸਾਹਿਬ ਕਰਤਾਰਪੁਰ ਵਿਖੇ। ਦਰਬਾਰ ਸਾਹਿਬ ਕਰਤਾਰਪੁਰ ਵਿਖੇ ਅਸੀਂ ਦੁਬਾਰਾ ਆਪਣੀ ਲੇਟੈਸਟ ਰਿਪੋਰਟ ਲੈ ਕੇ ਅਤੇ ਅਸੀਂ ਪਹੁੰਚ ਚੁੱਕੇ ਹਾਂ। ਉਮੀਦ ਕਰਦੇ ਹਾਂ ਕਿ ਤੁਸੀਂ ਸਾਡਾ ਉਪਰਾਲਾ ਜਿਹੜਾ ਉਹ ਪਸੰਦ ਕਰ ਰਹੇ ਹੋਵੋਗੇ। ਲੱਖਾਂ ਕਰੋੜਾਂ ਵਧਾਈਆਂ 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 ਰੇਡੀਓ ਸਾਡੇ ਵਾਲਾ 87.8 FM ਰੇਡੀਓ ਔਕਲੈਂਡ ਨਿਊਜ਼ੀਲੈਂਡ ਤੋਂ ਤੁਸੀਂ ਇਹ ਉਪਰਾਲਾ ਦੇਖ ਰਹੇ ਹੋ ਜੀ। ਔਰ ਮੈਂ ਹੀ ਕਹਾਂਗਾ ਕਿ ਆਲ ਰਾਈਟਸ ਆਰ ਰਿਜ਼ਰਵ ਬਾਏ ਰੇਡੀਓ ਸਾਡੇ ਵਾਲਾ, ਸੋ ਨੋ ਵਨ ਹੈਵ ਟੂ ਰਾਈਟ ਟੂ ਡਾਊਨਲੋਡ ਦਿਸ ਵੀਡੀਓ ਔਰ ਸ਼ੇਅਰ ਵਿਦ ਦੇਅਰ ਓਨ ਲਿੰਕ। ਪਲੀਜ਼ ਇਫ ਯੂ ਵਾਂਟ ਟੂ ਸ਼ੇਅਰ ਅਵਰ ਵੀਡੀਓ ਦੈਨ ਯੂ ਕੈਨ ਯੂਜ਼ ਓਨਲੀ ਅਵਰ ਰੀਅਲ ਲਿੰਕ ਆਫ ਦਾ ਯੂਟਿਊਬ ਔਰ ਫੇਸਬੁੱਕ ਪੇਜ ਦੀ ਰੇਡੀਓ ਸਾਡੇ ਵਾਲਾ 87.8 FM ਔਕਲੈਂਡ ਨਿਊਜ਼ੀਲੈਂਡ ਤੋਂ। ਤਾਂ ਜੀ ਪਹੁੰਚ ਗਏ ਜੀ ਅਸੀਂ ਫਿਰ ਇੱਕ ਵਾਰੀ ਤੁਹਾਡੀਆਂ ਦਿਲਾਂ ਦੀਆਂ ਧੜਕਣਾਂ ਨੂੰ ਲੈ ਕੇ ਦਰਬਾਰ ਸਾਹਿਬ ਕਰਤਾਰਪੁਰ ਵਿਖੇ। ਔਰ ਦਰਬਾਰ ਸਾਹਿਬ ਕਰਤਾਰਪੁਰ ਵਿਖੇ 10 ਮਹੀਨੇ ਪਹਿਲੇ, ਫਿਰ 4 ਮਹੀਨੇ ਪਹਿਲੇ, ਫਿਰ 3 ਮਹੀਨੇ ਪਹਿਲੇ ਔਰ 2 ਮਹੀਨੇ ਪਹਿਲੇ, ਫਿਰ 1 ਮਹੀਨਾ ਪਹਿਲੇ ਔਰ 1 ਹਫ਼ਤਾ ਪਹਿਲੇ ਵੀ ਮੇਰੀ ਲੇਟੈਸਟ ਜਿਹੜੀ ਸੀ ਵੀਡੀਓ ਸੀ ਉਹ ਆ ਚੁੱਕੀ ਸੀ। ਬੱਦਲ ਗਜਰਜ ਰਹੇ ਹੈ, ਬਾਰਿਸ਼ ਬਹੁਤ ਤੇਜ਼ ਹੋ ਰਹੀ ਹੈ ਔਰ ਅਸੀਂ ਤੁਹਾਡੇ ਲਈ ਰਿਪੋਰਟਿੰਗ ਕਰਨ ਵਾਸਤੇ ਇਸਲਾਮਾਬਾਦ ਤੋਂ ਅਸੀਂ ਇੱਥੇ ਪਹੁੰਚੇ। ਔਰ ਗੁਰਪਿਆਰੀ ਸੰਗਤ ਜੀ, ਤੁਹਾਨੂੰ ਚਾਰੋਂ ਪਾਸੇ ਦਾ ਨਜ਼ਾਰਾ ਕਰਵਾਈਏ। ਤੁਸੀਂ ਦੇਖੋ ਜ਼ਰਾ ਦਰਸ਼ਨੀ ਡਿਉੜੀਆਂ ਕਿੰਨੀਆਂ ਖੂਬਸੂਰਤ ਬਣੀਆਂ ਨੇ ਔਰ ਚਾਰੋਂ ਪਾਸੇ ਦਾ ਨਜ਼ਾਰਾ ਜਿਹੜਾ ਇਲਾਕਾ ਜਿਹੜਾ ਚਮ ਚਮ ਕਰਦਾ ਪਿਆ। ਗੁਰਪਿਆਰੀ ਸੰਗਤ ਜੀ, ਤੁਸੀਂ ਦਰਸ਼ਨ ਔਰ ਦਿਦਾਰੇ ਭਰ ਰਹੇ ਹੋ ਦਰਬਾਰ ਸਾਹਿਬ ਕਰਤਾਰਪੁਰ ਵਿਖੇ। ਦਰਬਾਰ ਸਾਹਿਬ ਕਰਤਾਰਪੁਰ ਵਿਖੇ ਦਾ ਇਹ ਜਿਹੜਾ ਲਾਂਘਾ ਹੈ, ਇਹ 10 ਮਹੀਨਿਆਂ ਦੇ ਵਿੱਚ ਰਿਕਾਰਡ ਟਾਈਮ ਦੇ ਵਿੱਚ ਗੌਰਮੈਂਟ ਆਫ ਪਾਕਿਸਤਾਨ ਨੇ ਸਾਡੀ FWO ਫਰੰਟੀਅਰ ਔਰਗਨਾਈਜੇਸ਼ਨ ਜਿਹੜੀ ਹੈ, ਵਰਕਸ ਔਰਗਨਾਈਜੇਸ਼ਨ ਜਿਹੜੀ ਹੈ, ਉਹਨਾਂ ਨੇ ਇਹ ਲਾਂਘੇ ਨੂੰ ਇੱਕ ਟਾਈਮ ਲਿਮਿਟ ਦੇ ਅੰਦਰ ਰਹਿੰਦੇ ਹੋਏ ਕੰਪਲੀਟ ਕੀਤਾ। ਮੈਂ ਕਹਾਂਗਾ ਕਿ ਲੱਖੋ ਲੱਖ ਵਧਾਈਆਂ ਨੇ ਸੰਗਤਾਂ ਨੂੰ, 12 ਕਰੋੜ ਨਾਨਕ ਨਾਮ ਲੇਵਾਂ ਨੂੰ ਔਰ ਉਹ ਲੋਕਾਂ ਨੂੰ ਜਿਹੜੇ ਲੋਕ ਜਿਹੜੇ ਕਹਿੰਦੇ ਸੀਗੇ ਕਿ ਵੀ ਆਹ ਭਚੋਲਾ ਪੈਣਾ ਵਾ, ਆਹ ਭੁਲੇਖਾ ਪੈ ਜਾਣਾ ਵਾ, ਸ਼ਾਇਦ ਪਾਕਿਸਤਾਨ ਇੰਨੀ ਛੇਤੀ ਇਹ ਸਾਰਾ ਕੁਝ ਕਰ ਨਹੀਂ ਪਾਏਗਾ, ਬਟ ਥਿੰਗਸ ਮੇਕ ਪੋਸੀਬਲ ਇਫ ਵੀ ਕਿਊ ਟਰਸਟ ਬੋਰਡ ਸਾਡੇ ਜਿਹੜੇ ਹੈ ਚੇਅਰਮੈਨ ਸਾਹਿਬ, ਸੈਕਟਰੀ ਸਾਹਿਬ, DPS ਸਾਹਿਬ ਔਰ ਉਸ ਤੋਂ ਬਾਅਦ ਸਾਡੀਆਂ ਟੀਮਾਂ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋ ਗਈ ਔਰ FWO ਹੋ ਗਿਆ, ਮੈਂ ਕਹਿੰਦਾ ਵਾਂ ਤਮਾਮ ਜਿਹੜੀਆਂ ਕੰਪਨੀਆਂ ਨੇ, ਤਮਾਮ ਜਿਹੜੀਆਂ ਸਾਡੀਆਂ ਇੱਥੇ ਦੀਆਂ ਟੀਮਾਂ ਨੇ, ਉਹਨਾਂ ਦੇ ਯੋਗਦਾਨ ਦੇ ਨਾਲ ਔਰ ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ, ਸਭ ਤੋਂ ਪਹਿਲੇ ਤਾਂ ਉਹਨਾਂ ਨੂੰ ਮੈਂ ਮੁਬਾਰਕਬਾਦ ਦੇਵਾਂਗਾ ਔਰ ਉਸ ਤੋਂ ਬਾਅਦ ਦੇਵਾਂਗਾ ਮੁਬਾਰਕ ਮੈਂ ਭਾਈ ਨਵਜੋਤ ਸਿੰਘ ਸਿੱਧੂ ਜੀ ਨੂੰ, ਜਿਨ੍ਹਾਂ ਨੇ ਬਹੁਤ ਕੁਝ ਝੱਲਿਆ ਇਸ ਕਰਤਾਰਪੁਰ ਕੋਰੀਡੋਰ ਦੇ ਲਾਂਘੇ ਨੂੰ ਲੈ ਕੇ। ਜਿੰਨੀ ਪੋਲੀਟਿਕਸ ਉਹਨਾਂ ਨਾਲ ਹੋਈ, ਅਸੀਂ ਦੁਆ ਕਰਦੇ ਹਾਂ ਕਿ ਉਹਨਾਂ ਦੇ ਜਿਹੜੇ ਹੈ ਉਹ ਰੱਬ ਸੁਣਾ ਉਹਨਾਂ ਵਾਸਤੇ ਆਸਾਨੀਆਂ ਪੈਦਾ ਕਰੇ, ਉਹਨਾਂ ਵਾਸਤੇ ਜਿੰਨੇ ਵੀ ਹੈ ਇਹ ਦੋ ਦੋਸਤਾਂ ਦੀ ਯਾਰੀ ਜਿਹੜੀ ਹੈ ਇਹਨਾਂ ਨੂੰ ਰੱਬ ਤੋੜ ਚਾੜੇ, ਹੁਣ ਬੱਚੇ ਵੀ ਗੀਤ ਗਾਉਣ ਲੱਗ ਪਏ ਉਹਨਾਂ ਦੇ ਨਾਮ ਦੇ, ਕਿ ਦੋਵਾਂ ਦੀ ਜੋੜੀ ਜਿਹੜੀ ਹੈ ਰੱਬ ਸਲਾਮਤ ਰੱਖੇ, ਦੋਵਾਂ ਦਾ ਪਿਆਰ ਜਿਹੜਾ ਉਹ ਬਣਿਆ ਰਹੇ। ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਬਾਰਿਸ਼ ਬਹੁਤ ਜ਼ਿਆਦਾ ਹੋ ਰਹੀ ਹੈ, ਮੌਸਮ ਬਹੁਤ ਜ਼ਿਆਦਾ ਖਰਾਬ ਹੈ ਦਰਬਾਰ ਸਾਹਿਬ ਕਰਤਾਰਪੁਰ ਵਿਖੇ, ਲੇਕਿਨ ਅਸੀਂ ਫਿਰ ਵੀ ਆਪਣੀ ਟੀਮ ਨੂੰ ਲੈ ਕੇ, ਅਸੀਂ ਰੇਡੀਓ ਸਾਡੇ ਵਾਲਾ ਦੀ ਟੀਮ ਨੂੰ ਲੈ ਕੇ ਅਸੀਂ ਦਰਬਾਰ ਸਾਹਿਬ ਕਰਤਾਰਪੁਰ ਪਹੁੰਚੇ ਹੋਏ ਹਾਂ ਅਤੇ ਉਮੀਦ ਕਰਦਾ ਹਾਂ ਸਾਡਾ ਅੱਜ ਦਾ ਉਪਰਾਲਾ ਜਿਹੜਾ ਤੁਸੀਂ ਉਹ ਲਾਈਕ ਕਰੋਗੇ। ਅਸੀਂ ਚੱਲਦੇ ਹਾਂ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਗੁਰੂ ਘਰ ਦੇ ਖੂਹ ਦੇ, ਜਿੱਥੇ ਕਿ ਫੁੱਲਾਂ ਦੇ ਨਾਲ ਸਜਾਵਟ ਕੀਤੀ ਜਾ ਰਹੀ ਹੈ ਬਹੁਤ ਸੋਹਣੇ ਤਰੀਕੇ ਨਾਲ। ਬਾਬਾ ਗੁਰੂ ਨਾਨਕ ਸਾਹਿਬ ਦੇ ਘਰ ਦੇ ਕਿਚਨ ਦਾ ਜਿਹੜਾ ਖੂਹ ਹੈ ਉਹਨੂੰ ਜਿਹੜਾ ਉਹ ਸਜਾਇਆ ਜਾ ਰਿਹਾ ਔਰ ਬੜੇ ਪਿਆਰੇ ਤਰੀਕੇ ਦੇ ਨਾਲ ਉਹਦੀ ਜਿਹੜੀ ਹੈ ਸਜਾਵਟ ਕੀਤੀ ਜਾ ਰਹੀ ਹੈ। ਜਿਹੜਾ ਇੱਕ ਦਰਖਤ ਇੱਥੇ ਜਿਹੜਾ ਇਤਿਹਾਸਿਕ ਹੈ ਜਾਂ ਤਾਰੀਖੀ ਦਰਖਤ ਹੈ ਲਾਗੇ, ਉਹਨੂੰ ਵੀ ਬੜੇ ਸੋਹਣੇ ਤਰੀਕੇ ਨਾਲ ਫੁੱਲ ਲਾ ਕੇ ਸਜਾਇਆ ਜਾ ਰਿਹਾ।
ਤੁਸੀਂ ਦੇਖੋਗੇ ਤੁਹਾਡਾ ਮਨ ਖੁਸ਼ ਹੋ ਜਾਏਗਾ। ਸਾਡੇ ਫੁੱਲਾਂ ਵਾਲੇ ਜਿਹੜੇ ਹੈ ਇਹ 2 ਦਿਨ ਪਹਿਲੇ ਹੀ ਵਰਕ ਇਹਨਾਂ ਨੇ ਸ਼ੁਰੂ ਕੀਤਾ ਹੋਇਆ ਹੈ, 2 ਦਿਨ ਇਹਨਾਂ ਨੂੰ ਲੱਗਣੇ ਹੈ, ਫਿਰ ਜਾ ਕੇ ਕਿਤੇ ਦਰਬਾਰ ਸਾਹਿਬ ਕਰਤਾਰਪੁਰ ਦੇ ਵਿੱਚ ਜਿਹੜੇ ਫੁੱਲਾਂ ਦਾ ਕੰਮ ਪੂਰਾ ਹੋਣਾ। ਅਤੇ ਇਹ ਵੀਰ ਜਿਹੜੇ ਨੇ ਫੁੱਲਾਂ ਦੀ ਸੇਵਾ ਨਿਭਾ ਰਹੇ ਨੇ, ਤੁਸੀਂ ਦੇਖ ਰਹੇ ਹੋ ਬਾਹਰ ਤੋਂ ਕੰਮ ਸ਼ੁਰੂ ਕੀਤਾ ਫਿਰ ਡੈਕੋਰੇਸ਼ਨ ਕਰਦੇ ਹੋਏ ਇਹ ਅੰਦਰ ਨੂੰ ਜਾਣਗੇ। ਅਤੇ ਕਿੰਨਾ ਵੱਡਾ ਪ੍ਰਬੰਧ ਜਿਹੜਾ ਉਹ ਗੌਰਮੈਂਟ ਆਫ ਪਾਕਿਸਤਾਨ ਵੱਲੋਂ ਕੀਤਾ ਜਾ ਰਿਹਾ, ਕਿੰਨਾ ਵੱਡਾ ਜਿਹੜਾ ਇਹ ਕਾਰਜ ਹੈ ਜਿਹੜਾ ਕਿ ਇੰਟਰਫੇਥ ਹਾਰਮਨੀ ਜਿਹੜੀ ਹੈ ਉਹਦਾ ਦਰਸ ਦਿੰਦਾ ਹੈ, ਜਿਹਦਾ ਆਪਾਂ ਗੱਲ ਕਰਦੇ ਹਾਂ ਇੰਟਰਫੇਥ ਹਾਰਮਨੀ ਦੀ, ਜਿਹਦੇ ਵਿੱਚ ਤੁਸੀਂ ਮੈਨੂੰ 12 ਗੋਲਡ ਮੈਡਲ ਵੀ ਦਿੱਤੇ ਉਸ ਪਿਆਰ ਵਿੱਚ, ਉਸ ਮੁਹੱਬਤ ਵਿੱਚ। ਇਹ ਹੈ ਜੀ ਉਸ ਗੁਰੂ ਘਰ ਦਾ ਕਿਚਨ, ਠੀਕ ਹੈ ਜੀ, ਇਹ ਉਸ ਗੁਰੂ ਘਰ ਦਾ ਕਿਚਨ ਹੈ ਜਿੱਥੋਂ ਬਾਬਾ ਗੁਰੂ ਨਾਨਕ ਸਾਹਿਬ ਨੇ ਵੰਡ ਛਕਣ ਦੇ ਆਰਡਰ ਦਿੱਤੇ ਸਨ ਔਰ ਖੁਦ ਵੰਡ ਛਕਾਈ ਸੀ। ਇਹ ਗੁਰੂ ਘਰ ਹੈ, ਉਹ ਅੰਮ੍ਰਿਤ ਜਲ ਹੈ, ਇਸ ਜਗ੍ਹਾ ਤੋਂ ਅੰਮ੍ਰਿਤ ਜਲ ਲਿਆ ਗਿਆ, ਇਸ ਜਗ੍ਹਾ ਤੋਂ ਸੰਗਤਾਂ ਨੂੰ ਜਿਹੜਾ ਜਲ ਛਕਾਇਆ ਗਿਆ ਪੂਰੀ ਦੁਨੀਆ ਦੇ ਵਿੱਚ, ਜਿਹੜਾ ਅੱਜ ਕਹਿੰਦੇ ਭੁੱਖਾ ਨਾ ਰਹੇ ਕੋਈ ਜੱਗ 'ਤੇ, ਤਾਈਓ 'ਤੇ ਲੰਗਰ ਚਲਾਉਂਦਾ ਹੈ ਖਾਲਸਾ, ਅਤੇ ਦੁਨੀਆ ਭਰ ਦੇ ਵਿੱਚ ਜਿਹੜਾ ਲੰਗਰ ਚਲਾ ਰਿਹਾ ਹੈ ਖਾਲਸਾ ਪੰਥ, ਉਹ ਇਸੇ ਹੀ ਜਗ੍ਹਾ ਦੀ ਦੇਣ ਹੈ, ਉਹ ਇਸੇ ਹੀ ਕਿਚਨ ਦੀ ਹੈ। ਅਸੀਂ ਤੁਹਾਨੂੰ ਕਈ ਵਾਰੀ ਇਸ ਕਿਚਨ ਦੇ ਵਿੱਚ ਜਿਹੜਾ ਉਹ ਤੁਹਾਨੂੰ ਦਿਖਾਇਆ, ਇੱਥੋਂ ਖਾਣਾ ਵੀ ਦਿਖਾਇਆ, ਲੰਗਰ ਵੀ ਦਿਖਾਇਆ ਕਿ ਕੀ ਪੱਕਦਾ, ਕਿਸ ਤਰੀਕੇ ਨਾਲ ਕਰਦੇ ਨੇ। ਦਿਖਾਓ ਜੀ ਇਹ ਫੁੱਲ, ਦਿਖਾਓ ਜੀ ਕੰਮ ਕਰਨਾ ਬਹੁਤ ਔਖਾ ਹੋ ਰਿਹਾ ਜੀ ਸਾਡੇ ਲਈ, ਕਿਉਂਕਿ ਇਹ ਬਾਰਿਸ਼ ਇੰਨੀ ਕੁ ਤੇਜ਼ ਹੋ ਗਈ ਹੈ ਕਿ ਸਾਨੂੰ ਰੁਕਾਵਟ ਪੈ ਰਹੀ ਆ ਕੰਮ ਕਰਨ ਵਿੱਚ ਵਿੱਚ। ਆਹ ਦੇਖ ਲਓ ਜੀ ਇਹ ਵੀਰ ਜੀ, ਭਾਈ ਸਾਹਿਬ ਕਿੰਨੀ ਦੇਰ 'ਚ ਕੰਮ ਮੁਕੰਮਲ ਕਰਨਾ? ਇਹ ਵਾਲਾ ਕੰਮ ਮੁਕੰਮਲ ਹੋ ਗਿਆ, ਫਿਰ ਅੰਦਰ ਕਰੋਗੇ? ਤੁਸੀਂ ਮੇਰਾ ਖਿਆਲ ਇਸਲਾਮਾਬਾਦ ਤੋਂ ਆਏ ਹੋ, ਤੁਹਾਡਾ ਕੀ ਨਾਮ ਹੈ ਜੀ? ਆਰਫ, ਵਾਹ ਜੀ ਵਾਹ, ਪੱਤੋ ਕੀ ਵਾਲੇ ਆਰਫ F6 ਫਲਾਵਰ ਮਾਰਕੀਟ ਸੁਪਰ ਮਾਰਕੀਟ ਦੇ ਕੋਲ ਮੈਂ ਇਹਨਾਂ ਨੂੰ ਮਿਲਦਾ, ਭਾਈ ਗੁਲਾਮ ਫਰੀਦ ਦੇ ਜਿਹੜੇ, ਹਾਂ ਜੀ ਗੁਲਾਮ ਫਰੀਦ ਦੇ ਭਨੇਵੇਂ ਜਿਹੜੇ ਹੈ ਇਸਲਾਮਾਬਾਦ ਤੋਂ ਜੀ, ਅਸੀਂ ਇਹਨਾਂ ਨਾਲ ਬਿਜ਼ਨਸ ਕਰਦੇ ਰਹੇ ਹਾਂ ਫਲਾਵਰ ਡੈਕੋਰੇਸ਼ਨ ਦਾ। ਇਟਸ ਅ ਵੈਰੀ ਅਮੇਜ਼ਿੰਗ ਐਂਡ ਵੈਰੀ ਬਿਊਟੀਫੁੱਲ ਕਿ ਬਾਬਾ ਗੁਰੂ ਨਾਨਕ ਸਾਹਿਬ ਦੇ ਘਰ ਦੇ ਖੂਨ ਤੁਸੀਂ ਦੇਖੋ ਕਿ ਕਿਸ ਤਰੀਕੇ ਨਾਲ ਇਹਨਾਂ ਨੇ ਸਜਾਇਆ। ਔਰ ਉਸ ਤੋਂ ਬਾਅਦ ਅਸੀਂ ਦੇਖੋ ਤੁਹਾਨੂੰ ਮੈਂ ਟ੍ਰੀ ਦੀ ਦਿਖਾਉਂਦੇ ਹਾਂ ਜੀ, ਟ੍ਰੀ ਦੀ ਫਲਾਵਰਿੰਗ ਜਿਹੜੀ ਹੈ ਉਹ ਬਹੁਤ ਖੂਬਸੂਰਤ ਕੀਤੀ ਗਈ ਹੈ। ਲਓ ਜੀ ਆਹ ਚਾਰ ਪਾਸੇ ਜਿਹੜਾ ਚੌਕਾ ਬਣਿਆ ਹੋਇਆ ਇਹਨੂੰ ਵੀ ਬਹੁਤ ਬੇਅੰਤ ਤਰੀਕੇ ਨਾਲ ਜਿਹੜਾ ਉਹ ਖੂਬਸੂਰਤੀ ਨਾਲ ਸਜਾ ਦਿੱਤਾ ਗਿਆ ਚਾਰੋਂ ਪਾਸੇ। ਠੀਕ ਹੈ ਜੀ, ਜੂਲ 'ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਦੀਵਾਨ ਹਾਲ ਜੀ, ਦੀਵਾਨ ਹਾਲ ਤੁਸੀਂ ਦੇਖ ਸਕਦੇ ਹੋ ਕਿ ਵੀ ਕਿੰਨੇ ਖੂਬਸੂਰਤੀ ਨਾਲ ਦੀਵਾਨ ਹਾਲ ਨੂੰ ਜਿਹੜਾ ਅਸੀਂ ਤੁਹਾਨੂੰ ਦਿਖਾਇਆ ਸੀ ਮੀਨਾਰ ਗੁੰਬਦ ਉੱਤੇ ਰੱਖਦੇ ਹੋਏ ਸਾਰਾ ਕੁਛ, ਹੁਣ ਜਿਹੜਾ ਉਹ ਇਸ ਵੇਲੇ ਮੁਕੰਮਲ ਹੋ ਚੁੱਕਿਆ। ਇਹਦੀ ਖੂਬਸੂਰਤੀ ਤੁਸੀਂ ਦੇਖ ਸਕਦੇ ਹੋ ਕਿ ਦਰਬਾਰ ਸਾਹਿਬ ਕਰਤਾਰਪੁਰ ਵਿਖੇ ਜਿਹੜਾ ਦੀਵਾਨ ਹਾਲ ਹੈ ਉਹਦੀ ਕੀ ਖੂਬਸੂਰਤੀ ਹੈ, ਕੀ ਬਿਲਡਿੰਗ ਹੈ, ਦਰਸ਼ਨੀ ਡਿਉੜੀਆਂ ਤੁਸੀਂ ਦੇਖ ਸਕਦੇ ਹੋ। ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਦਰਬਾਰ ਸਾਹਿਬ ਕਰਤਾਰਪੁਰ ਫਾਈਨਲ ਜਿਹੜੀ ਹੈ, ਹੁਣ ਤਾਂ ਸਫਾਈ ਵੀ ਹੋ ਗਈ ਹੈ, ਬਿਲਡਿੰਗ ਬਿਲਕੁਲ ਰੈਡੀ ਫੋਰ ਜਿਹਨੂੰ ਕਹਿ ਲਵੋ ਤੁਸੀਂ ਕਿ ਓਪਰੇਸ਼ਨਲ ਹੈ। ਔਰ ਦਰਬਾਰ ਸਾਹਿਬ ਜਿਹਦੀ ਵਜ੍ਹਾ ਨਾਲ ਕਿਹਾ ਜਾਂਦਾ ਕਿ ਦਰਬਾਰ ਸਾਹਿਬ ਕਰਤਾਰਪੁਰ, ਇਹ ਦਰਬਾਰ ਹੈ ਜੀ ਜੋ ਗ੍ਰੇਵ ਹੈ ਬਾਬਾ ਜੀ ਦੀ, ਜਾਂ ਕਹਿ ਲਓ ਮਜ਼ਾਰ ਹੈ ਜਿਹੜੀ ਕਿ ਮੁਸਲਿਮ ਵੀਰਾਂ ਨੇ ਜਿਹੜੀ ਚਾਦਰ ਸੀ ਉਹਨਾਂ ਨੂੰ ਬਰੇਡ ਕੀਤਾ ਸੀ ਇਸ ਜਗ੍ਹਾ ਦੇ ਉੱਤੇ, ਇਹ ਉਹ ਜਗ੍ਹਾ ਹੈ। ਅਤੇ ਮੁਸਲਿਮ ਵੀਰਾਂ ਨੇ ਇਹ ਜਗ੍ਹਾ ਬਣਾਈ, ਔਰ ਉਸ ਤੋਂ ਬਾਅਦ ਅਗਲੀ ਜਿਹੜੀ ਹੈ ਸਾਡੀ ਉਹ ਜਗ੍ਹਾ ਹੈ ਬਾਬਾ ਜੀ ਦਾ ਅੰਗੀਠਾ ਸਾਹਿਬ। ਥੈਂਕਸ ਟੂ ਦੀ VQ ਟਰੱਸਟ ਬੋਰਡ ਜਿਨ੍ਹਾਂ ਨੇ ਇਹ ਸਾਰਾ ਕੁਛ ਪੋਸੀਬਲ ਕੀਤਾ। ਅੰਦਰ ਹੁਣ ਜਿਹੜਾ ਇਹ ਬਾਕੀ ਟੀਮਾਂ ਦਾ ਕੰਮ ਖਤਮ ਹੋ ਜਾਏਗਾ, ਔਰ ਉਸ ਤੋਂ ਬਾਅਦ ਸਿਰਫ ਇੱਥੇ ਵਕਫ ਬੋਰਡ ਦੀਆਂ ਟੀਮਾਂ ਜਿਹੜੀਆਂ ਨੇ ਉਹ ਰਹਿਣਗੀਆਂ। ਸਾਡੇ DPS ਔਰ ਸੈਕਟਰੀ ਸਾਹਿਬ ਜਿਹੜੇ ਨੇ, ਸੈਕਟਰੀ ਤਾਰਿਕ ਵਜ਼ੀਰ ਸਾਹਿਬ ਔਰ ਇਮਰਾਨ ਗੋਂਦਲ ਸਾਹਿਬ ਔਰ ਡਾਕਟਰ ਆਮਿਰ ਸਾਹਿਬ ਜਿਹੜੇ ਨੇ ਉਹ ਰਿਸਪੋਂਸੀਬਲ ਹੋਣਗੇ ਪੂਰੇ ਪ੍ਰੋਜੈਕਟ ਦੇ। ਔਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਕਹਿ ਲਓ ਸਾਡੇ ਪ੍ਰਧਾਨ ਜਿਹੜੇ ਨੇ ਸਤਵੰਤ ਸਿੰਘ ਜੀ,
ਹਸਨ ਚੱਲਦੇ ਹਾਂ ਜੀ ਫਸਟ ਫਲੋਰ 'ਤੇ ਜਿੱਥੇ ਕਿ ਦਿੱਲੀ ਦੀ ਸੰਗਤ ਵੱਲੋਂ ਸੋਨੇ ਦੀ ਪਾਲਕੀ ਜਿਹੜੀ ਹੈ ਸਥਾਪਿਤ ਕੀਤੀ ਗਈ ਹੈ ਔਰ ਗੁਰੂ ਮਹਾਰਾਜ ਨੂੰ ਉੱਥੇ ਬਰਜਮਾਨ ਕੀਤਾ ਗਿਆ ਹੈ ਸੁਬਾਹ ਤੋਂ ਲੈ ਕੇ ਸ਼ਾਮ ਤੱਕ ਦਰਸ਼ਨ ਦੀਦਾਰੇ ਦਿੰਦੇ ਨੇ ਲਓ ਜੀ ਪਲਕੀ ਸਾਹਿਬ ਕਰੋ ਜੀ ਦਰਸ਼ਨ ਮਾਜ਼ਰਤ ਜੀ ਥੋੜ੍ਹੀ ਜਿਹੀ ਨਹੀਂ ਕਿ ਬਹੁਤ ਜ਼ਿਆਦਾ ਦਿੱਲੀ ਦੀ ਸੰਗਤ ਵੱਲੋਂ ਜਿਹੜਾ ਪੇਂਟ ਕੀਤੀ ਗਈ ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ ਔਰ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ 87.8 FM ਰੇਡੀਓ ਔਕਲੈਂਡ ਨਿਊਜ਼ੀਲੈਂਡ ਤੋਂ ਤੁਸੀਂ ਇਹ ਪ੍ਰੋਗਰਾਮ ਦੇਖ ਰਹੇ ਸੀ ਸੋ ਆਲ ਰਾਈਟਸ ਆਰ ਰਿਜ਼ਰਵ ਬਾਈ ਰੇਡੀਓ ਸਾਡੇ ਵਾਲਾ ਸੋ ਨੋ ਵਨ ਹੈਵ ਟੂ ਰਾਈਟ ਟੂ ਡਾਊਨਲੋਡ ਦਿਸ ਵੀਡੀਓ ਐਂਡ ਸ਼ੇਅਰ ਵਿਦ ਦੇਅਰ ਓਨ ਲਿੰਕ ਠੀਕ ਹੈ ਜੀ ਤੁਸੀਂ ਦੇਖਿਆ ਕਿ ਅਸੀਂ ਤੁਹਾਨੂੰ ਦਰਬਾਰ ਸਾਹਿਬ ਕਰਤਾਰਪੁਰ ਲੈ ਕੇ ਆਏ ਔਰ ਉੱਥੇ ਚੱਲਦੇ ਹੋਏ ਕੰਮ ਜਿਹੜੇ ਨੇ ਉਹਨਾਂ ਦੇ ਬਾਰੇ ਜਿਹੜੀ ਡਿਟੇਲਸ ਨੇ ਤੁਹਾਨੂੰ ਦਿੱਤੀਆਂ ਔਰ ਪਾਲਕੀ ਸਾਹਿਬ ਬਾਰੇ ਦੱਸਿਆ ਗਿਆ ਨਵਾਂ ਝੂਮਰ ਵੀ ਜਿਹੜਾ ਉਹ ਵੀ ਲਾਇਆ ਗਿਆ ਸੰਗਤਾਂ ਵੱਲੋਂ ਅਤੇ ਸੰਗਤਾਂ ਜਿਹੜੀਆਂ ਨੇ ਪੂਰੀ ਦੁਨੀਆ ਤੋਂ ਦਰਸ਼ਨ ਦੇ ਦਾਰੇ ਭਰ ਰਹੀਆਂ ਹਨ ਜੀ ਜੀ ਗੁਰਪਿਆਰੀ ਸੰਗਤ ਜੀ ਤੁਸੀਂ ਦੇਖੇ ਦਰਸ਼ਨ ਕੀਤੇ ਦੀਦਾਰੇ ਕੀਤੇ ਬਾਬਾ ਸੋਹਨ ਸਿੰਘ ਬੰਦੇਸ਼ਾ ਜੀ ਆਏ ਹੋਏ USA ਤੋਂ ਸਾਡੀ ਸੰਗਤ ਬੰਦੇਸ਼ਾ ਫੈਮਿਲੀ ਔਰ ਨਾਲ ਹੀ ਨਾਲ ਮਾਂ ਜੀ ਬਲਵਿੰਦਰ ਕੌਰ ਜੀ ਹਾਂਜੀ ਜੀ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸੰਸਾਰ ਸਾਰੇ ਜਗਤ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਸੱਚੇ ਪਾਤਸ਼ਾਹ ਨੇ ਆਪਣੇ ਸਾਰੇ ਰਿਸ਼ਤੇ ਜੋੜੇ ਹਨ ਇਸ ਟਾਈਮ ਦੋਹਾਂ ਪੰਜਾਬਾਂ ਨੂੰ ਇੱਕ ਬਣਾਇਆ ਹੈ ਸਾਰੇ ਜਗਤ ਨੇ ਇਸ ਕਰਤਾਰਪੁਰ ਸਾਹਿਬ ਲੰਘਿਆ ਦੇ ਦਰਸ਼ਨ ਕਰਨੇ ਵੱਧ ਤੋਂ ਵੱਧ ਸੰਗਤਾਂ ਆਉਣ ਦਰਸ਼ਨਦਾਰੀ ਬਖਸ਼ਣ ਪ੍ਰੇਮ ਸੁਭਾਗ ਦੋਹਾਂ ਪੰਜਾਬਾਂ ਦਾ ਬਣੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਕਟਾਨ ਕਟਾਨ ਸ਼ੁਕਰ ਹੈ ਜਿਸ ਨੇ ਕਿ ਆਪਦਾ ਹਿੱਸਾ ਪਾ ਕੇ ਗੁਰੂ ਨਾਨਕ ਪਾਤਸ਼ਾਹ ਦੀਆਂ ਖੁਸ਼ੀਆਂ ਲਈਆਂ ਹਨ ਨਵਜੋਤ ਸਿੰਘ ਸਿੱਧੂ ਦਾ ਵੀ ਉਨ੍ਹਾਂ ਹੀ ਸ਼ੁਕਰਾਨਾ ਹੈ ਕਿ ਉਹਨਾਂ ਨੂੰ ਵੀ ਬਾਬਾ ਜੀ ਨੇ ਖੁਸ਼ੀਆਂ ਬਖਸ਼ੀਆਂ ਹਨ ਵੀਰ ਤੁਹਾਡਾ ਨਾਮ ਸ਼ਾਹਿਦ ਸ਼ਬੀਰ ਜਿਨ੍ਹਾਂ ਨੇ ਕਿ ਸਿੱਖ ਗੁਰਦੁਆਰਿਆਂ 'ਤੇ ਰਿਸਰਚ ਕਰਕੇ ਗੁਰਧਾਮ ਗੁਰਦੁਆਰਿਆਂ ਦੀ ਖੋਜ ਕਰਕੇ ਆਪਾਂ ਨੂੰ ਆਪਣੇ ਸਥਾਨ ਲੱਭ ਕੇ ਦਿੱਤੇ ਹਨ ਇਹਨਾਂ ਦਾ ਤਾਂ ਆਪਾਂ ਕਰਜ਼ਾ ਉਤਾਰ ਹੀ ਨਹੀਂ ਸਕਦੇ ਕਿ ਇਹਨਾਂ ਨੂੰ ਪਰਮਾਤਮਾ ਇੰਨੀਆਂ ਖੁਸ਼ੀਆਂ ਦੇਵੇ ਇੰਨੀਆਂ ਖੁਸ਼ੀਆਂ ਦੇਵੇ ਕਿ ਸੱਚੇ ਪਾਤਸ਼ਾਹ ਇਹਨਾਂ ਨੂੰ ਦਿਨ ਦੁਨੀ ਦੁੱਗਣੀ ਰਾਤ ਚੌਗਣੀ ਉੱਨਤੀ ਬਖਸ਼ੇ ਅਤੇ ਇਹ ਸੇਵਾ ਦੇ ਵਿੱਚ ਵੱਧ ਤੋਂ ਵੱਧ ਹੋਰ ਤਰੱਕੀਆਂ ਬਖਸ਼ੇ
ਅਸੀਂ ਤਾਂ ਇਹਨਾਂ ਦਾ ਸ਼ੁਕਰਾਨਾ ਕਰ ਵੀ ਨਹੀਂ ਸਕਦੇ। ਤੁਸੀਂ ਵੀ ਇਹਨਾਂ ਦਾ ਵੱਧ ਤੋਂ ਵੱਧ ਮਾਣ ਇੱਜ਼ਤ ਵਧਾਉਣਾ, ਇਹਨਾਂ ਦੀਆਂ ਵੀਡੀਓ ਦੇਖਿਆ ਕਰੋ ਅਤੇ ਗਾਹਾਂ ਸ਼ੇਅਰ ਕਰਿਆ ਕਰੋ ਅਤੇ ਸੰਗਤ ਨੂੰ ਵੱਧ ਤੋਂ ਵੱਧ ਜੋੜੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਨੀ ਖੁਸ਼ੀ ਹੋਈ ਹੈ ਇੱਥੇ ਆ ਕੇ ਕਿ ਸਾਨੂੰ ਆਪਣਾ ਆਪ ਭੁੱਲ ਗਿਆ, ਕੋਈ ਸਮਝ ਨਹੀਂ ਆਉਂਦੀ ਅਸੀਂ ਕੀ ਬੋਲੀਏ ਕੀ ਨਾ ਬੋਲੀਏ। ਬਿਨ ਫੋਲਿਆਂ ਹੀ ਮਾਲਕ ਜਾਣਦਾ ਹੈ। ਸੱਚੇ ਪਾਤਸ਼ਾਹ ਜੇ ਸਾਡੇ ਤੋਂ ਗਲਤੀਆਂ ਹੋ ਗਈਆਂ ਹੋਣ, ਤੁਸੀਂ ਆਪ ਬਖਸ਼ਣਹਾਰ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਬਾਬਾ ਜੀ, ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਜੀ ਬਹੁਤ ਖੁਸ਼ੀ ਹੋਈ ਹੈ ਇੱਥੇ ਆਇਆ ਅਤੇ ਪਰਮਾਤਮਾ ਨੇ ਸਾਨੂੰ ਬਹੁਤ ਸਾਡੇ 'ਤੇ ਮਿਹਰ ਕੀਤੀ ਹੈ ਜਿਹੜੇ ਅਸੀਂ ਇੱਥੇ ਆ ਗਏ ਅਤੇ ਲਾਸਟ ਟਾਈਮ 'ਤੇ ਆਏ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਓ ਜੀ, ਹਾਂਜੀ ਜੀ, ਸਾਡੇ ਨਾਲ USA ਤੋਂ ਆਏ ਹੋਏ ਸਾਡੀ ਸੰਗਤ ਸੀ ਔਰ ਅਸੀਂ ਇਹਨਾਂ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਵੀ ਇਹ ਪਾਕਿਸਤਾਨ ਦੇ ਵਿੱਚ ਆਏ, ਸਾਨੂੰ ਵੀ ਆਪਣੇ ਨਾਲ ਸਾਥ ਹੋਣ ਦਾ ਜਿਹੜਾ ਇਹਨਾਂ ਨੇ ਸ਼ਰਫ ਬਖਸ਼ਿਆ। ਅਸੀਂ ਇਹਨਾਂ ਨੂੰ ਲੈ ਕੇ ਅਤੇ ਇਹਨਾਂ ਦੇ ਗੁਰਧਾਮਾਂ ਦੇ ਦਰਸ਼ਨ ਕਰਵਾਉਣ ਡੇ ਹਾਂ ਇਹਨਾਂ ਨੂੰ। ਔਰ ਤੁਸੀਂ ਵੀ ਅਗਰ ਗੁਰਧਾਮਾਂ ਦੇ ਦਰਸ਼ਨ ਕਰਨਾ ਚਾਹੁੰਦੇ ਹੋ, ਸਿੱਖ ਪਿਲੀਗ੍ਰਮੇਜ ਦੇ ਹਵਾਲੇ ਨਾਲ ਤੁਸੀਂ ਆਪਣਾ ਕੋਈ ਪ੍ਰੋਗਰਾਮ ਕਰਨਾ ਚਾਹੁੰਦੇ ਹੋ, ਤੁਸੀਂ ਸਾਡੇ ਨਾਲ ਰਾਬਤਾ ਕਰੋ। ਤੁਸੀਂ ਤੁਹਾਨੂੰ ਆਉਣ 'ਚ ਕੋਈ ਦਿੱਕਤ ਹੈ, ਕਿਸੇ ਕਿਸਮ ਦੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੈ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਮੁਤਲਕ, ਕਿ ਵੀ ਬਹੁਤ ਜ਼ਿਆਦਾ ਸਾਰਾ ਲੋਕਾਂ ਦੀ ਰਿਕੁਐਸਟ ਹੈ ਕਿ ਵੀ ਤੁਸੀਂ ਵੀਜ਼ਾ ਪ੍ਰੋਸੈਸ ਦੇ ਮੁਤਲਕ, ਦੇਰ ਇਜ਼ ਅ ਨੋ ਐਨੀ ਡਿਫੀਕਲਟੀ। ਅੱਜ ਕੱਲ੍ਹ ਤਾਂ ਈ ਵੀਜ਼ਾ ਜਿਹੜਾ ਬਹੁਤ ਆਸਾਨੀ ਨਾਲ ਹੋ ਗਿਆ, ਲੇਕਿਨ ਫਿਰ ਵੀ ਇੱਕ ਇਨਵੀਟੇਸ਼ਨ ਦੀ ਲੋੜ ਹੁੰਦੀ ਹੈ। ਜਿਹੜੇ ਭੈਣ ਭਰਾ NRIs ਨੇ, ਸੋ ਉਹ ਗੌਰਮੈਂਟ ਦੇ ਰੂਲ ਨੂੰ ਫੋਲੋ ਕਰਦਿਆਂ ਹੋਇਆਂ ਪੰਜਾਬੀ ਸਿੱਖ ਸੰਗਤ ਔਰ ਵਿਕਿਊ ਟਰੱਸਟ ਬੋਰਡ ਆਫ ਪਾਕਿਸਤਾਨ ਜਿਹੜਾ ਹੈ ਉਹਨਾਂ ਤੋਂ ਲੈਟਰ ਲੈ ਕੇ ਜਾਂ ਮੈਨੂੰ ਵੀ ਰਿਕੁਐਸਟ ਕੀਤੀ ਜਾ ਸਕਦੀ ਹੈ। ਲੇਕਿਨ ਪਲੀਜ਼ ਉਹਨਾਂ ਦੋਸਤਾਂ ਨੂੰ ਕਹਿ ਰਿਹਾ ਹਾਂ ਜਿਹੜੇ ਲੋਕਾਂ ਨੂੰ ਮੈਂ ਜਾਣੂ ਹਾਂ, ਜਿਨ੍ਹਾਂ ਲੋਕਾਂ ਨੂੰ ਮੈਂ ਜਾਣਦਾ ਹਾਂ, ਉਹ ਰਿਕੁਐਸਟ ਕਰ ਸਕਦੇ ਨੇ ਅੱਗੇ ਔਰ ਆ ਕੇ ਤੁਸੀਂ ਵੀ ਦਰਸ਼ਨ ਦੀਦਾਰੇ ਪੜ੍ਹ ਸਕਦੇ ਹੋ ਦਰਬਾਰ ਸਾਹਿਬ ਕਰਤਾਰਪੁਰ, ਇਫ ਤੁਸੀਂ ਅਗਰ NRI ਹੋ। ਠੀਕ ਹੈ ਜੀ, ਕਿਉਂਕਿ ਇੰਡੀਅਨ ਜਿਹੜੇ ਵੀਰ ਨੇ ਉਹਨਾਂ ਦੇ ਬਹੁਤ ਜ਼ਿਆਦਾ ਸਾਰੇ ਕੁਐਸਚਨ ਹੁੰਦੇ ਨੇ। ਗੌਰਮੈਂਟ ਦੀ ਇੱਕ ਪੋਲਿਸੀ ਹੈ, ਉਹਦੇ ਤਹਿਤ ਹੀ ਇੱਥੇ ਵਿਜ਼ਿਟ ਕੀਤਾ ਜਾ ਸਕਦਾ, ਉਹਦੀ ਤੁਸੀਂ ਰਜਿਸਟ੍ਰੇਸ਼ਨ ਜਿਹੜੀ ਆ ਉਹ ਇੰਡੀਆ ਤੋਂ ਹੀ ਕਰਵਾ ਸਕਦੇ ਹੋ। ਔਰ ਜਿਨ੍ਹਾਂ ਵੀਰਾਂ ਭੈਣ ਭਰਾਵਾਂ ਕੋਲ ਇੰਡੀਅਨ ਪਾਸਪੋਰਟ ਨੇ ਉਹਨਾਂ ਵਾਸਤੇ ਜਿਹੜੀ ਹੈ ਸਿਰਫ ਜਥੇ ਦੇ ਨਾਲ ਆਉਣ ਦੀ ਹੀ ਜਿਹੜੀ ਹੈ ਉਹ ਇਜਾਜ਼ਤ ਹੈਗੀ ਹੈ। ਸੋ ਉਹਨਾਂ ਨੂੰ ਸਿੰਗਲ ਪਰਸਨ ਉਹ ਵਿਜ਼ਿਟ ਨਹੀਂ ਕਰ ਸਕਦਾ। ਸੋ ਵਾਰ ਵਾਰ ਤੁਸੀਂ ਪੁੱਛਦੇ ਹੋ, ਕਾਲਸ ਕਰਦੇ ਹੋ, ਲੇਕਿਨ ਸਮ ਟਾਈਮ ਬਿਜ਼ੀ ਹੁੰਦਾ ਬੰਦਾ ਅਤੇ ਕਾਲ ਦਾ ਜਵਾਬ ਵੀ ਨਹੀਂ ਦੇ ਸਕਦਾ। ਅਤੇ ਇਹ ਜਿਹੜੀਆਂ ਜਿਹੜੇ ਮਸਲੇ ਸਨ, ਜਿਹੜੇ ਮਿਸਾਇਲ ਸਨ, ਜਿਹੜੇ ਤੁਸੀਂ ਆਪ ਜੀ ਮੇਰੇ ਤੋਂ ਵੀਡੀਓ ਦੇ ਥੱਲੇ ਕਮੈਂਟਸ ਦੇ ਵਿੱਚ ਪੁੱਛਦੇ ਹੋ, ਲਾਈਵ ਦੇ ਵਿੱਚ ਵੀ ਪੁੱਛਦੇ ਹੋ, ਤਾਂ ਫਿਰ ਉਹ ਕਾਫੀ ਡਿਫੀਕਲਟ ਹੋ ਜਾਂਦਾ ਉਸ ਟਾਈਮ, ਕਿਉਂਕਿ ਸਪੀਡ ਨਾਲ ਇੰਨੀ ਤੇਜ਼ ਚੱਲ ਰਹੇ ਹੁੰਦੇ ਆ। ਅਤੇ ਠੀਕ ਹੈ ਜੀ, ਮੈਂ ਹੀ ਕਹਾਂਗਾ ਪਿਆਰ, ਮੁਹੱਬਤ, ਅਮਨ, ਭਾਈਚਾਰਾ ਜੋ ਸਾਡਾ ਮੈਸੇਜ ਹੈ ਪਾਕਿਸਤਾਨ ਦਾ, ਇਸਲਾਮ ਦਾ, ਅਸੀਂ ਉਹੀ ਲੈ ਕੇ ਟੁਰੇ ਸੀ 10 years ago। ਤੁਸੀਂ ਦੇਖਿਆ ਦਰਬਾਰ ਸਾਹਿਬ ਕਰਤਾਰਪੁਰ ਤੋਂ 7 ਸਾਲ ਪਹਿਲੇ ਮੇਰੀ ਪਹਿਲੀ ਵੀਡੀਓ ਆਈ, ਫਿਰ 5 ਸਾਲ ਪਹਿਲੇ ਆਈ, ਔਰ ਉਸ ਤੋਂ ਬਾਅਦ ਫਿਰ ਚੱਲ ਸੋ ਚੱਲ ਹੁਣ ਤੱਕ ਡਿਫਰੈਂਟ ਵੀਡੀਓਜ਼ ਨੇ। ਮੈਂ ਕੁਛ ਇੱਕ ਸਲਾਈਡ ਸ਼ੋਅ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਜਿਹੜਾ ਕਿ ਬਹੁਤ ਰੇਅਰ ਪਿਕਸ ਦੇ ਵਿੱਚ ਹੈ, ਔਰ ਰੀਅਲ ਪਿਕਚਰਸ ਨੇ ਜਿਹੜੀਆਂ ਕਿ ਉਸ ਤੋਂ ਇਲਾਵਾ ਵੀ ਦਰਬਾਰ ਸਾਹਿਬ ਕਰਤਾਰਪੁਰ ਦੇ ਅਨਮੁੱਲੀਆਂ ਫੋਟੋਆਂ ਉਹ ਮੈਂ ਲੈ ਲਈਆਂ, ਸ਼ਾਇਦ ਰੱਬ ਨੇ ਮੇਰੇ ਤੋਂ ਹੀ ਉਹ ਕਾਰਜ ਕਰਵਾਉਣਾ ਸੀ। ਅਤੇ ਫਿਰ ਮੈਂ ਹੀ ਕਹਾਂਗਾ ਕਿ ਪਿਆਰ, ਮੁਹੱਬਤ, ਅਮਨ, ਭਾਈਚਾਰਾ, ਅਸੀਂ ਆਪਣੇ ਆਂਢ ਗੁਆਂਢ ਆਪਣੇ ਦੂਸਰੇ ਕੰਟਰੀਜ਼ ਦੇ ਨਾਲ ਪਿਆਰ ਚਾਹੁੰਦੇ ਹਾਂ, ਮੁਹੱਬਤ ਚਾਹੁੰਦੇ ਹਾਂ, ਪਿਆਰ ਦਾ ਜਵਾਬ ਪਿਆਰ ਨਾਲ ਆਉਣਾ ਚਾਹੀਦਾ। ਪਲੀਜ਼ ਨਫ਼ਰਤਾਂ ਖਤਮ ਕਰੋ, ਪਿਆਰ ਨੂੰ ਵਧਾਓ, ਅੱਗੇ ਵਧੋ, ਮੁਹੱਬਤ ਹੀ ਸਾਰੀ ਚੀਜ਼ ਹੈ। ਐਟਲੀਸਟ ਜਿੰਨੀਆਂ ਮਰਜ਼ੀ ਲੜਾਈਆਂ ਲੜ ਲਵੋ, ਜੋ ਕੁਛ ਮਰਜ਼ੀ ਕਰ ਲਵੇ ਇਨਸਾਨ, ਅਤੇ ਉਹ ਮੁਹੱਬਤ ਦੇ ਵਿੱਚ ਆਉਂਦਾ। ਤਾਂ ਸੋ ਇਹ ਕਰਤਾਰਪੁਰ ਲਾਂਘਾ ਸਾਡੇ ਕੋਲ ਇਸ ਵੇਲੇ ਇੱਕ ਬੈਸਟ ਸੋਰਸ ਬਣਿਆ ਹੈ ਫਰੈਂਡਸ਼ਿਪ ਦਾ, ਭਾਈਬੰਦੀ ਦਾ, ਦੋਸਤੀ ਦਾ। ਅਤੇ ਆਓ ਮਿਲ ਕੇ ਨਫ਼ਰਤ ਨੂੰ ਖਤਮ ਕਰੀਏ, ਪਿਆਰ ਨੂੰ ਵਧਾਈਏ, ਇਸ ਲਾਂਘੇ ਨੂੰ ਜਿਹੜਾ ਪੀਸ ਦਾ ਲਾਂਘਾ ਉਹਨੂੰ ਬਣਾ ਦਈਏ, ਇਹਨੂੰ ਅਮਨ ਦਾ ਲਾਂਘਾ ਬਣਾ ਦਈਏ। ਦੁਨੀਆ ਇਹਦੇ 'ਤੇ ਮਿਸਾਲ ਦੇਵੇ ਸਾਨੂੰ ਦੇਖ ਕੇ ਕਿ ਵੀ ਯਾਰ ਪੰਜਾਬੀ ਕਿੰਨੇ ਚੰਗੇ ਹੈ ਕਿ ਆਪਸ ਵਿੱਚ ਲੜਦੇ ਨਹੀਂ, ਝਗੜਦੇ ਨਹੀਂ, ਕੋਈ ਗੱਲ ਨਹੀਂ ਇੱਦਾਂ ਦੀ ਕਰਦੇ। ਤਾਂ ਸੋ ਆਪ ਜੀ ਤੋਂ ਮੈਂ ਇੰਨੀ ਹੀ ਅਰਦਾਸ ਬੇਨਤੀ ਕਰਦੇ ਹੋਏ ਆਪ ਤੋਂ ਇਜਾਜ਼ਤ ਚਾਹਾਂਗਾ। ਰੱਬ ਰਾਖਾ ਜੀ ਔਰ ਤਮਾਮ ਸੰਗਤਾਂ ਨੂੰ ਪਿਆਰ ਭਰੀ ਅਸਲਾਮੁ ਅਲੈਕੁਮ, ਆਦਾਬ ਐਂਡ ਸਤਿ ਸ਼੍ਰੀ ਅਕਾਲ ਜੀ। ਦਿਖਾਓ ਜੀ ਚੀਜ਼ ਓਕੇ ਜੀ। ਆਲ ਰਾਈਟ ਸਰ, ਰਿਜ਼ਰਵ ਬਾਏ ਸ਼ਾਹਿਦ ਸ਼ਬੀਰ ਬਾਬਾ ਜੀ ਐਂਡ ਰੇਡੀਓ ਸਾਡੇ ਵਾਲਾ 87.8 FM ਆਕਲੈਂਡ ਨਿਊਜ਼ੀਲੈਂਡ ਤੋਂ ਇਹ ਪ੍ਰੋਗਰਾਮ ਤੁਸੀਂ ਦੇਖ ਰਹੇ ਸੀ। ਰੱਬ ਰਾਖਾ ਜੀ।